गुड इवनिंग सारे प्यार परी, अनुप्रिय। सत श्री अकाल। मैं थोड़ा अपना विक्रमजीत सिंह, मैं हाँ लक्की। हाँ जी, एक बहुत ही नवी रिएक्शन वीडियो दे नाल। ते आज दी वीडियो विच असीं फिर दोबारा तो गल करन वाले आ बिलाल हैदर साहब दी। पंजाबी कलाम बिल्कुल, क्योंकि असीं पहला वी इन्हां दी वीडियो कीती है, उन्हां दा कलाम बहुत सोहणी आवाज च बहुत वधिया सानूं लग्गिया सी, ते तुसीं वी इहनूं काफी प्यार दित्ता। सो असीं दूसरी कलाम इन्हां दी सुनन जा रहे हां, जिसदा टाइटल है सुता उठ के नहीं कोई खुश हुंदा। हाँ बिल्कुल, सुत्ता उठिया कोई खुश नहीं होंदा। वाकई गाइस, जदों नींद आंदी होवे ते उठण दे मन नहीं करदा ना, बाकी कई कम पेंडिंग रह जांदे ने। जे कोई ठा भी देवे फिर बंदा उन्हूं गाली करदा है। ठीक है ना। ਤੇ ਵਾਕਈ ਇਹਨਾਂ ਦਾ ਟਾਈਟਲ ਵੀ ਬਹੁਤ ਵਧੀਆ ਹੈ ਤੇ ਇਹਨਾਂ ਦੀ ਕਲਾਮ ਵੀ ਬਹੁਤ ਵਧੀਆ ਹੋਣ ਆਵਾਜ਼ ਵਾਲੀ ਵਿੱਚ ਹੈ। ਬਹੁਤ ਦਮ ਹੁੰਦਾ ਇਹਨਾਂ ਦੀ। ਆਪਾਂ ਗੱਲਾਂ ਬਾਅਦ ਚ ਕਰਾਂਗੇ, ਪਹਿਲੇ ਆਪਾਂ ਕਲਾਮ ਸੁਣੀਏ, ਕਿਉਂਕਿ ਕਲਾਮ ਇਹਨਾਂ ਦਾ ਕਾਫੀ ਲੰਬਾ ਹੈ ਨਾ, ਤੇ ਆਪਾਂ ਕਲਾਮ ਨੂੰ ਇੰਜੋਏ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਬਾਕੀ ਗੱਲਾਂ ਬਾਅਦ ਚ ਕਰਦੇ ਹਾਂ। ਤੇ ਬਿਲਕੁਲ, ਕਰਦੇ ਵੀਡੀਓ ਸਟਾਰਟ, ਫਟਾਫਟ ਕਰੋ ਸਬਸਕ੍ਰਾਈਬ ਤੇ ਨਾਲ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਸਾਡੇ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਣ। ਸੋ ਕਰਦੇ ਹਾਂ ਅਸੀਂ ਵੀਡੀਓ ਨੂੰ ਸਟਾਰਟ। ਸੁੱਤਾ ਉੱਠ ਕੇ ਕੋਈ ਨਹੀਂ ਖੁਸ਼ ਹੁੰਦਾ, ਬੜੇ ਸੁੱਤੇ ਜਗਾ ਕੇ ਵੇਖਿਆ ਏ, ਕੁੱਤੇ ਜਿਹਾ ਨਹੀਂ ਵਫਾਦਾਰ ਡਿਠਾ, ਟੁੱਕਰ ਸੁੱਕਾ ਵੀ ਪਾ ਕੇ ਵੇਖਿਆ ਏ, ਘਰ ਮਾਲਕ ਦਾ ਹਰ ਗਿਜ਼ ਨਹੀਂ ਛੱਡਦਾ, ਉਹ ਬੜੀ ਵਾਰ ਤਰਾ ਕੇ ਵੇਖਿਆ ਏ, ਤੋਤਾ ਜਦੋਂ ਵੀ ਛੱਡੀਏ ਉੱਡ ਜਾਂਦਾ, ਕਈਆਂ ਚੂੜੀਆਂ ਪਾ ਕੇ ਵੇਖਿਆ ਏ, ਡੰਗ ਮਾਰਨਾ ਸਭ ਰਹਿੰਦਾ, ਉਹ ਕਈਆਂ ਦੁੱਧ ਪਿਆ ਕੇ ਵੇਖਿਆ ਏ, ਬਿਨਾ ਮਤਲਬ ਕੋਈ ਨਹੀਂ ਯਾਰ ਬਣਦਾ, ਤੇ ਬੜੇ ਯਾਰ ਬਣਾ ਕੇ ਵੇਖਿਆ ਏ, ਵਾ ਵਾ ਕਰਕੇ ਸਾਰੇ ਟੁਰ ਜਾਂਦੇ, ਬੜੇ ਸ਼ੇਰ ਸੁਣਾ ਕੇ ਵੇਖਿਆ ਏ, ਉਹ ਮਜ਼ਾ ਨਹੀਂ ਅੱਲਾ ਵਾਲੀ ਤਾਰ ਜਿਆ, ਬੜੇ ਵਾਜੇ ਵਜਾ ਕੇ ਵੇਖਿਆ ਏ, ਹੋ ਮਸਜਿਦ ਆਖਦੇ ਨੇ ਘਰ ਰੱਬ ਦਾ ਹੈ, ਬੜੀ ਵਾਰ ਮੈਂ ਜਾ ਕੇ ਵੇਖਿਆ ਏ, ਮੈਨੂੰ ਕਿਸੇ ਨਹੀਂ ਆਖਿਆ ਆ ਬਹਿ ਜਾ, ਤੇ ਬੜੇ ਮੱਥੇ ਕਸਾ ਕੇ ਵੇਖਿਆ ਏ। ਤੇ ਅੱਗੇ ਲਿਖਦੇ ਨੇ ਬਾਬਾ ਜੀ ਕਿ ਅਸਲ ਰੱਬ ਦਾ ਘਰ ਕਿਹੜਾ ਏ, ਘਰ ਰੱਬ ਦਾ ਮੋਮਨ ਦਾ ਕਲਬ ਹੁੰਦਾ, ਚਾਤੀ ਜਿੰਨੇ ਵੀ ਪਾ ਕੇ ਵੇਖਿਆ ਏ, ਜੱਗ ਛੱਡਣਾ ਔੜਕ ਕਸੂਰ ਮੰਦਾ, ਬੜੀ ਉਮਰ ਲਾ ਕੇ ਵੇਖਿਆ ਤੇ ਦਾਣੇ ਪਾ ਕੇ ਤੇ ਪੁੱਛ ਪੁੱਛ ਕਰਕੇ, ਉਹ ਜ਼ਾਲਮ ਜਾਲ ਦੇ ਵਿੱਚ ਫਸਾ ਲੈਂਦੇ, ਦਿਸੇ ਫਰਕ ਨਾ ਆਲਮਾਂ ਜ਼ਾਲਮਾਂ ਵਿੱਚ, ਤੇ ਮੱਥੇ ਰਗੜ ਕੇ ਇੰਜ ਕਸਾ ਲੈਂਦੇ, ਸਾਰੀ ਜ਼ਿੰਦਗੀ ਚੰਦ ਦਿਨ ਜੋ ਪਹਿਲਾਂ ਹਸਾ ਲੈਂਦੇ, ਕਸੂਰਮੰਦ ਜੋ ਨਸਲ ਦੇ ਅਸਲ ਹੁੰਦੇ,
ਗੱਲ ਸਾਫ ਹੋ ਦੱਸ ਦਸਾ ਲੈਂਦੇ ਮੈਨੂੰ ਆਈ ਨਾ ਜ਼ਾਲਮਾ ਸਮਝ ਤੇਰੀ ਰੂਪ ਜ਼ਾਲਮਾ ਇੰਜ ਵਟਾ ਲਿਆਈ ਮੈਨੂੰ ਆਈ ਨਾ ਜ਼ਾਲਮਾ ਸਮਝ ਤੇਰੀ ਰੂਪ ਜ਼ਾਲਮਾ ਇੰਜ ਵਟਾ ਲਿਆਈ ਨੀਯਤ ਬੁਰੀ ਤੇਰੀ ਬਗਲ ਛੁਰੀ ਤੇਰੀ ਆਜਜ਼ ਬਣ ਕੇ ਤੇ ਲਾਦਾ ਲਿਆਈ ਉਹ ਲਫ ਲਫ ਮਸਕੀਨਾ ਦੇ ਵਾਂਗ ਮਿਲਿਆ ਮੇਰੀ ਗਰਦਨ ਨੂੰ ਹੱਥ ਤੂੰ ਪਾ ਲਿਆਈ ਕਸੂਰ ਮੰਦ ਨੂੰ ਏ ਚੂਰੀਆਂ ਦੱਸ ਕੇ ਤੇ ਹੋ ਪਿੰਜਰੇ ਗਮਾਂ ਦੇ ਜ਼ਾਲਮਾਂ ਪਾ ਲਿਆ ਇਹ ਬਹੁਤ ਆਮ ਗੱਲਾਂ ਕਰ ਰਹੇ ਨੇ ਆਪਣੀ ਇਹਦੇ ਰਾਹੀਂ ਨਾ ਹਾਂ ਤੇ ਤੂੰ ਤੇ ਆਇਆ ਸੈਲਾਲ ਖਰੀਦਣੇ ਨੂੰ ਵਾਹ ਵਾਹ ਇਨਸਾਨ ਇੱਥੇ ਦੁਨੀਆਂ ਤੇ ਆਇਆ ਹੈ ਤੋ ਕੋਈ ਚੰਗੇ ਅਮਲ ਕਰਨ ਵਾਸਤੇ ਤੂੰ ਤੇ ਆਇਆ ਸਲਾਲ ਖਰੀਦਣੇ ਨੂੰ ਇਥੋਂ ਲੈ ਕੇ ਚੱਲੇ ਕਚਮੀਆਂ ਉਹ ਮੱਚ ਬਾਲ ਕੇ ਨੁਕਰੇ ਹੋ ਬੈਠੇ ਤੇ ਮਰ ਗਿਆ ਏ ਜਿਨ੍ਹਾਂ ਦਾ ਮੱਚ ਮੱਚ ਆਈ ਥਿੰਕ ਪਤਾ ਨਹੀਂ ਕੀ ਵਰਡ ਹੈ ਕੁਛ ਨਵਾਂ ਵਰਡ ਹੈ ਦਾਣਾ ਬੈਸ ਕਮੈਂਟ ਕਰਕੇ ਜਰੂਰ ਦੱਸਣਾ ਮਤਲਬ ਕੀ ਮੱਚ ਦਾ ਦਾਣਾ ਤੂੰ ਚੁਗਣ ਲੱਗਾ ਉਹ ਸਿਆਣੇ ਆਖਦੇ ਨੀ ਬਚ ਬਚ ਮੀਆਂ ਅੱਗੋਂ ਬੇਲੀਆ ਜਿਵੇਂ ਬਰਾਤ ਤੇਰੀ ਕਸੂਰ ਮੰਦ ਨੇ ਦੱਸਿਆ ਕਿ ਆ ਗੱਲ ਬਿਲਕੁਲ ਸੱਚ ਹੈ ਕਿ ਅਸੀਂ ਜਦੋਂ ਤੇ ਜਾਣਾ ਉਦੋਂ ਸਾਡਾ ਕੀ ਹੋਏਗਾ ਉਹ ਪਰਮਾਤਮਾ ਜਾਣਦਾ ਨਾ ਅੱਗੋਂ ਬੇਲੀਆ ਉਹ ਜਿਵੇਂ ਬਰਾਤ ਤੇਰੀ ਕਸੂਰ ਮੰਦ ਨੇ ਦੱਸਿਆ ਸੱਚ ਮੀਆਂ ਕਰੀਬੀ ਸਮਝ ਕੇ ਜਿੰਨਾ ਕਰੀਬ ਹੋਇਆ ਕਰੀਬੀ ਸਮਝ ਕੇ ਜਿੰਨਾ ਕਰੀਬ ਹੋਇਆ ਉਹ ਜੜਾਂ ਮੇਰੀਆਂ ਉਹ ਉਖੇੜਦੇ ਰਹੇ ਵਫਾਦਾਰੀ ਵਾਲੀ ਰੱਸੀ ਪਿਆਰ ਵਾਲੀ ਮੈਂ ਵੱਟਦਾ ਜਾਂ ਦੀਵਾਰ ਨਾ ਦਾਗ ਪਰੀਤ ਲੱਗੇ ਮੈਂ ਤੂੰ ਦਾਰਿਆ ਲਵੇੜ ਦੇ ਰੇ ਉਹ ਟਿੰਡਾਂ ਸਿੱਖਣੀਆਂ ਉਹ ਟਿੰਡਾਂ ਸੱਖਣੀਆਂ ਵੇਖ ਕਸੂਰ ਮੰਦਾ ਐਵੇਂ ਖੂਖੇ ਆਲਾਂ ਦੇ ਗੇੜ ਬਈ ਇੱਕ ਇੱਕ ਵਰਡ ਇਹਦਾ ਮੈਂ ਕਹਿੰਦਾ ਗੋਲਡ ਗੋਲਡ ਹੀਰਾ ਉਹ ਟਿੰਡਾਂ ਸੱਖਣੀਆਂ ਵੇਖ ਕਸੂਰ ਮੰਦਾ ਐਵੇਂ ਖੂਖੇ ਆਲਾਂ ਦੇ ਗੇੜ ਦੇ ਤੇ ਜਾਣ ਵਾਲਿਆ ਤੇਰੀ ਖੈਰ ਹੋਵੇ ਜਾਣ ਲੱਗਿਆ ਏ ਇਸ ਤਰ੍ਹਾਂ ਜਾਈਦਾ ਨਹੀਂ ਜਾਈਏ ਦਿਲ ਦੀ ਸੁਣ ਸੁਣਾ ਕੇ ਤੇ ਵਹਿਮ ਦਿਲ ਵਿੱਚ ਪਾਈਦਾ ਨਹੀਂ ਹੋਏ ਖਤਾ ਤੇ ਉਹਨੂੰ ਚਾ ਮਾਫ ਕਰੀਏ ਜਾਣ ਬੁੱਝ ਕੇ ਪਿਆਰ ਠੁਕਰਾਈ ਦਾ ਨਹੀਂ
कसूर मंद सियाने आखे आए हो हिसाब सजना नाल मुकाईदा नहीं। वाओ सो गाइस ए सी वीडियो बहुत ही कैंट बहुत ही सोहना कलाम मैं कहांगा अज तक दा जो जिन्ने भी कलाम सुने अज तक मैं कहांगा अज तक दा सब तो बेस्ट कलाम ए है का बेस्ट पंजाबी कलाम बाय बिलाल हैदर साहब। बाकी इन्हां ने जो साडे नाल आम गल्लां हुंदियां ने ना ਉਹ ਗੱਲਾਂ ਇਹਨਾਂ ਨੇ ਆਪਣੀ ਕਲਾਮ ਦੇ ਰਾਹੀਂ ਪੇਸ਼ ਕੀਤੀਆਂ ਨੇ ਮਤਲਬ ਔਰ ਉਹ ਵੀ ਗਹਿਰਾਈ 'ਚ ਜੇ ਤੁਸੀਂ ਜਾਓਗੇ ਇਹਨਾਂ ਦੀ ਲਾਈਨਾਂ ਜੇ ਸੁਣੋਗੇ ਤੁਹਾਨੂੰ ਉਹ ਆਮ ਲੱਗਣਗੇ ਮੈਂ ਤਾਂ ਹੀ ਉਹ ਆਮ ਵਰਡ ਬੋਲ ਰਹੀ ਹਾਂ ਕਿਉਂਕਿ ਇਹ ਗੱਲਾਂ ਸਾਡੇ ਨਾਲ ਹੁੰਦੀਆਂ ਨੇ ਨੋਰਮਲ ਗੱਲਾਂ ਨੇ ਹਾਂ ਨੋਰਮਲ ਜੋ ਡੇਲੀ ਰੂਟੀਨ ਦੀਆਂ ਗੱਲਾਂ ਨੇ ਲੇਕਿਨ ਉਹਨੂੰ ਆਪਣੀ ਲਾਈਨਾਂ ਦੇ ਵਿੱਚ ਬਿਆਨ ਕਰਨਾ ਉਹ ਇਹਨਾਂ ਦੀ ਇੱਕ ਵਧੀਆ ਕਲਾ ਹੈ ਸੋ ਨੋਰਮਲ ਗੱਲਾਂ ਨੂੰ ਇਹਨਾਂ ਨੇ ਆਪਣੇ ਕਲਾਮ ਦੇ ਵਿੱਚ ਕਲਾਮ ਦੇ ਰਾਹੀਂ ਪੇਸ਼ ਕੀਤਾ ਹੈ ਸਭ ਤੋਂ ਮੈਨੂੰ ਵਧੀਆ ਧੱਕੀ ਲੱਗਦਾ ਇਹਨਾਂ ਦਾ ਸਭ ਤੋਂ ਵਧੀਆ ਲੱਗਦਾ ਜਿਸ ਮਾਹੌਲ ਵਿੱਚ ਬੈਠ ਕੇ ਇਹ ਸ਼ੂਟ ਕਰਦੇ ਨੇ ਪਿੱਛੇ ਤੁਸੀਂ ਦੇਖੋ ਕਿੰਨਾ ਵਧੀਆ ਮਾਹੌਲ ਹੈ ਪਿੰਡ ਦਾ ਮਾਹੌਲ ਹੈ ਅਤੇ ਇਹ ਤਿੰਨ ਜਾਣੇ ਬੈਠੇ ਨੇ ਜਿਵੇਂ ਪੁਰਾਣੇ ਟਾਈਮ ਵਿੱਚ ਜਿਹੜੇ ਬਜ਼ੁਰਗ ਸੀ ਉਹਨਾਂ ਦੀ ਲੱਗਦੀ ਸੀ ਸੱਥਾਂ ਹੈ ਨਾ ਜਿਵੇਂ ਸੱਥ ਲੱਗਦੀ ਨਾ ਉਵੇਂ ਇਹ ਲੋਕ ਬੈਠੇ ਨੇ ਆਰਾਮ ਨਾਲ ਦਿਖਾਇਆ ਜੋ ਕਿ ਤੁਸੀਂ ਲਾ ਕੇ ਚੱਲੋ ਜੋ ਪੁਰਾਣਾ ਮਾਹੌਲ ਸੀ 1960 ਦਾ 1950 ਦਾ ਜਾਂ ਫਿਰ ਜੋ ਪਾਰਟੀਸ਼ਨ ਤੋਂ ਪਹਿਲੇ ਜੋ ਮਾਹੌਲ ਹੁੰਦਾ ਸੀ ਪੰਜਾਬ ਦਾ ਹੈ ਨਾ ਇੰਡੀਆ ਦਾ ਇਹ ਉਹੀ ਮਾਹੌਲ ਇੱਥੇ ਦਿਖਾਇਆ ਗਿਆ ਇਹ ਮਾਹੌਲ ਬਹੁਤ ਵਧੀਆ ਗੱਲ ਕਰੀਏ ਕਲਾਮ ਦੀ ਕਲਾਮ ਆਊਟਸਟੈਂਡਿੰਗ ਵਾਕਈ ਬਹੁਤ ਧਿਆਨ ਨਾਲ ਸੁਣੋਗੇ ਤੇ ਤੁਹਾਨੂੰ ਬਹੁਤ ਅੱਛਾ ਬਹੁਤ ਵਧੀਆ ਲੱਗਣਗੀਆਂ ਲਾਈਨਾਂ ਫੀਲ ਵੀ ਬਹੁਤ ਅੱਛਾ ਹੋਏਗਾ ਕਿ ਇਹ ਲਾਈਨਾਂ ਸੁਣ ਕੇ ਵਾਕਈ ਸੱਚੀਆਂ ਗੱਲਾਂ ਵੀ ਨੇ ਕਿ ਕਈ ਵਾਰੀ ਕੀ ਹੁੰਦਾ ਆਪਣੇ ਅਸੀਂ ਸਮਝ ਕੇ ਉਹਨਾਂ ਨਾਲ ਬਹੁਤ ਗੱਲਾਂ ਸ਼ੇਅਰ ਕਰ ਲੈਂਦੇ ਹਾਂ ਲੇਕਿਨ ਉਹ ਸਾਡੀਆਂ ਜੜ੍ਹਾਂ ਵੱਢਣ ਨੂੰ ਆ ਜਾਂਦੇ ਨੇ ਹੈ ਨਾ ਬਿਲਕੁਲ ਸਹੀ ਗੱਲ ਹੈ ਵਾਕਈ ਬਹੁਤ ਵਧੀਆ ਗੱਲਾਂ ਸੋ ਗਾਇਸ ਇਹ ਸੀ ਸਾਡੇ ਵੱਲੋਂ ਛੋਟਾ ਜਿਹਾ ਰਿਐਕਸ਼ਨ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਲਾਮ ਅਤੇ ਇਸ ਕਲਾਮ ਦੇ ਉੱਤੇ ਦਿੱਤਾ ਗਿਆ ਸਾਡਾ ਰਿਐਕਸ਼ਨ ਪਸੰਦ ਆਏਗਾ ਬਿਲਕੁਲ ਜੇ ਪਸੰਦ ਆਇਆ ਤਾਂ ਕੀ ਕਰਨਾ ਤੁਸੀਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਕਮੈਂਟ ਜ਼ਰੂਰ ਕਰਨਾ ਹੈ ਯੈਸ ਚਾਹੇ ਅੱਛਾ ਲੱਗੇ ਚਾਹੇ ਨਾ ਲੱਗੇ ਲੇਕਿਨ ਪਸੰਦ ਆਏ ਨਾ ਆਏ ਉਹ ਤੁਹਾਡੀ ਇੱਛਾ ਹੈ ਹਨਾ ਆਪਾਂ ਆਪਣੇ ਵੱਲੋਂ ਕੀਤਾ ਰਿਐਕਟ ਤੇ ਹਾਂ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਅਤੇ ਫਿਲਹਾਲ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਰੱਬ ਰੱਖਾ।